ਦੋਸਤੋ, ਟੂਪਾਕ ਸ਼ਾਕੁਰ ਸਿੱਧੂ ਮੂਸੇਵਾਲੇ ਦੀ ਇੰਸਪੀਰੇਸ਼ਨ। ਸਿੱਧੂ ਮੂਸੇਵਾਲੇ ਨੇ ਕਿਹਾ ਸੀ ਵੀ ਜੇ ਮੈਂ ਬਣਨਾ ਆ ਤਾਂ ਟੂਪਾਕ ਦੇ ਵਾਂਗੂ ਬਣਨਾ ਆ। ਅੱਜ ਕਿਤੇ ਜੇਕਰ ਆਪਾਂ ਗੱਲ ਕਰੀਏ ਤਾਂ ਸਿੱਧੂ ਦਾ ਨਾਂ ਟੂਪਾਕ ਤੋਂ ਜ਼ਿਆਦਾ ਹੀ ਆ ਅਤੇ ਟੂਪਾਕ ਤੋਂ ਹੀ ਇੰਸਪਾਇਰਡ ਹੋ ਕੇ ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਡੀਅਰ ਮਾਮਾ, ਜੀ ਹਾਂ ਦੋਸਤੋ, ਉਸ ਦਾ ਟਾਈਟਲ ਰੱਖਿਆ। ਤੁਹਾਨੂੰ ਪਤਾ ਹੀ ਹੋਵੇਗਾ ਟੂਪਾਕ ਦਾ ਵੀ ਡੀਅਰ ਮਾਮਾ ਗਾਣਾ ਆ ਜਿਹੜਾ ਕਿ ਉਹ ਰਿਲੀਜ਼ ਹੋਇਆ ਸੀ। ਤਾਂ ਦੋਸਤੋ, ਯੂਟਿਊਬ 'ਤੇ 12 ਸਾਲ ਪਹਿਲਾਂ ਯਾਨੀ ਕਿ 2011 ਦੇ ਵਿੱਚ ਅਪਲੋਡ ਕੀਤਾ ਗਿਆ ਸੀ, ਕਿਉਂਕਿ ਪਹਿਲਾਂ ਯੂਟਿਊਬ ਨਹੀਂ ਹੁੰਦੀ ਸੀ ਤਾਂ ਜਦੋਂ ਯੂਟਿਊਬ ਚੱਲੀ ਤਾਂ ਉਦੋਂ ਅਪਲੋਡ ਕੀਤਾ ਗਿਆ। ਲਗਭਗ 12-13 ਸਾਲ ਹੋ ਗਏ ਨੇ ਇਸ ਨੂੰ ਅਪਲੋਡ ਕੀਤੇ ਨੂੰ। ਅਤੇ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਗਾਣੇ ਦੀ ਅਸਲ ਰਿਲੀਜ਼ ਡੇਟ ਆ ਜੋ ਉਹ ਆ 22 ਫਰਵਰੀ 1995। 28 ਸਾਲ ਹੋ ਗਏ ਨੇ ਦੋਸਤੋ ਗਾਣਾ ਰਿਲੀਜ਼ ਹੋਏ ਨੂੰ। ਅਤੇ ਟੂਪਾਕ ਦੇ ਓਫੀਸ਼ਲੀ ਪੇਜ 'ਤੇ ਇੱਕ ਪੋਸਟ ਆ ਉਹ ਸ਼ੇਅਰ ਕੀਤੀ ਗਈ ਆ ਇਸ ਕੈਪਸ਼ਨ ਦੇ ਨਾਲ ਜੋ ਤੁਸੀਂ ਦੇਖੀ ਆ। ਅਤੇ ਟੂਪਾਕ ਸ਼ਾਕੁਰ ਦੇ ਕੁਝ ਵਰਡਸ ਨੇ ਜੋ ਡੀਅਰ ਮਾਮਾ ਗਾਣਾ ਰਿਲੀਜ਼ ਹੋਣ ਤੋਂ ਬਾਅਦ ਉਹਨਾਂ ਨੇ ਕਹੇ ਸੀ, ਜੋ ਕਿ ਉਹਨਾਂ ਨੇ ਸ਼ੇਅਰ ਕੀਤੇ ਆ ਵੀ ਜਦੋਂ ਮੈਂ ਇਹ ਗਾਣਾ ਆਪਣੀ ਮੰਮੀ ਨੂੰ ਸੁਣਾਇਆ ਤਾਂ ਉਹ ਰੋਣ ਲੱਗ ਪਏ ਅਤੇ ਮੈਂ ਸੋਚਿਆ ਹੁਣ ਤਾਂ ਮੇਰਾ ਗਾਣਾ ਹਿੱਟ ਹੀ ਆ। ਇਹ ਟੂਪਾਕ ਦੇ ਉਸ ਸਮੇਂ ਦੇ ਵਰਡਸ ਸੀ। ਅਤੇ ਉਹਨਾਂ ਨੇ ਵੀ ਆਪਣੀ ਮੰਮੀ ਦੇ ਲਈ ਗਾਣਾ ਲਿਖਿਆ ਸੀ ਅਤੇ ਸਿੱਧੂ ਮੂਸੇਵਾਲੇ ਨੇ ਵੀ ਆਪਣੀ ਮੰਮੀ ਦੇ ਲਈ ਗਾਣਾ ਲਿਖਿਆ ਸੀ। ਇਹ ਆ ਦੋਨੋਂ ਲੈਜੈਂਡਾਂ ਦੀ ਸੋਚ। ਇਹ ਤੋਂ ਪਤਾ ਲੱਗਦਾ ਹੈ ਕਿ ਕਿੰਨੀ ਰਿਸਪੈਕਟ ਕਰਦੇ ਸੀ ਦੋਨੋਂ ਆਪਣੇ ਪੇਰੈਂਟਸ ਦੀ।